ਓ ਯਾਰ ਅੱਜ ਤੇ ਨਜ਼ਾਰੇ ਹੀ ਵੱਜੇ ਪਏ ਆ। ਤੂੰ ਮੇਰੀ ਗੱਲ ਸੁਣ, ਉਹ ਬਾਹਰ ਯਾਰ ਕੁੜੀਆਂ ਕਿੱਦਾਂ ਚਾਕਲੇਟਾਂ, ਟੈਡੀ ਬੀਅਰ, ਫੁੱਲ ਲੈ ਕੇ ਖੜੀਆਂ, ਮਤਲਬ ਇੰਨਾ ਜ਼ਿਆਦਾ ਫੈਨ ਬੇਸ ਬਣ ਗਿਆ ਯਾਰ, ਇੰਨਾ ਸ਼ੋਅ ਹਿੱਟ ਹੋ ਗਿਆ। ਮਤਲਬ ਮੈਨੂੰ ਸਮਝ ਨਹੀਂ ਆ ਰਿਹਾ ਯਾਰ, ਦੇਖੋ ਕੈਮਰਾਮੈਨ ਸਾਹਿਬ ਤੁਹਾਨੂੰ ਮੈਂ ਕਿਹਾ ਸੀ ਨਾ, ਬੰਦਾ ਮਿਹਨਤੀ ਹੋਵੇ ਫੈਨ ਬੇਸ ਬਣੀ ਜਾਂਦਾ। ਹੋ ਗਿਆ ਨਾ ਦੇਖਿਆ। ਉਹ ਭਰਾਵਾ ਤੇਰੇ ਲਈ ਨਹੀਂ ਆਏ, ਮਨਿੰਦਰ ਬੁੱਟਰ ਆ ਰਿਹਾ। ਉਹ ਮਨਿੰਦਰ ਬੁੱਟਰ ਕੀ ਕਰਨ ਆ ਰਿਹਾ? ਉਹ ਯਾਰ ਮੇਰੀ ਗੱਲ ਸੁਣੋ, ਕਿਉਂ ਬੁਲਾਇਆ ਉਹਨਾਂ ਨੂੰ ਯਾਰ, ਮੈਨੂੰ ਇੱਕ ਗੱਲ ਦੱਸੋ। ਉਹ ਭਰਾਵਾ ਮੈਂ ਦੱਸਾਂ ਤੈਨੂੰ ਅੰਦਰਲੀਆਂ ਗੱਲਾਂ, ਸਖੀਆਂ ਗਾਣੇ ਦਾ ਕੱਲਾ ਕੱਲਾ ਵਿਊ 350 million ਵਿਊ ਜਿੰਨੇ ਵੀ ਉੱਪਰ ਟੱਪੇ ਆ, ਉਹ ਕੱਲਾ ਕੱਲਾ ਵਿਊ ਮੈਂ ਗਿਣਿਆ। ਰਾਤੀ ਮੈਨੂੰ ਸੌਣ ਨਹੀਂ ਸੀ ਦਿੰਦਾ ਹੁੰਦਾ। ਉਹ ਛੱਡ, ਜਮੀਲਾ ਗਾਣੇ 'ਚ ਜਿਹੜੀ ਉਂਠਣੀ ਲਈ ਆ, ਉਂਠਣੀ ਦਾ ਰੱਸਾ ਫੜ ਕੇ ਦੁਬਈ ਜਾ ਕੇ ਮੈਂ ਖੜਾ ਰਿਹਾ, ਕਹਿੰਦੇ ਉਂਠਣੀ ਕਿਤੇ ਭੱਜ ਨਾ ਜਾਵੇ, ਇੱਥੇ ਖੜਾ ਹੋ। ਇੱਕ ਤੇਰਾ ਗਾਣਾ ਜਿਹੜਾ ਆਇਆ ਸੀ ਆਪ ਤੇ ਭਰਾਵਾ, ਬਾਹਰ ਮੇਮਾ ਮੂਮਾ ਨਾ ਘੁੰਮਦੇ ਰਹੇ, ਹੈ ਤੇ ਮੈਨੂੰ ਲਾ ਤਾ ਉੱਥੇ ਕੈਮਰੇ ਦੇ ਲਾਗੇ ਖੜਾ ਕਰਤਾ, ਕਹਿੰਦੇ ਇੱਥੇ ਖੜਾ ਹੋ ਕਿਤੇ ਕੈਮਰਾ ਨੂੰ ਕੋਈ ਚੁੱਕ ਕੇ ਲੈ ਜਾਏ। ਆਹ ਜਿਹੜਾ ਹੁਣ ਗਾਣੇ ਆਇਆ ਲਾਰੇ, ਸਰਗੁਣ ਮਹਿਤਾ ਦੇ ਸਾਰੇ ਲਹਿੰਗੇ ਲੂੰਗੇ ਮੈਂ ਪ੍ਰੈਸ ਕੀਤੇ ਆ। ਉਹ ਭਰਾਵਾ ਬੜਾ ਸਾਥ ਦਿੱਤਾ ਉਸ ਬੰਦੇ ਦਾ, ਬਹੁਤ ਸਾਥ ਦਿੱਤਾ, ਮੈਂ ਤੁਹਾਨੂੰ ਕਹਿ ਰਿਹਾ। ਹਾਂ ਬਈ, ਸਾਥ ਦਿੱਤਾ ਹੈ ਤੇ ਦਿੰਦੇ ਰਵਾਂਗੇ, ਐਡੀ ਕਿਹੜੀ ਗੱਲ ਆ, ਸਾਥ ਦਿੰਦੇ ਹੀ ਰਵਾਂਗੇ ਭਾਜੀ। ਗਾਣਾ ਆਉਂਦਾ ਤੈਨੂੰ ਫੋਨ ਕਰੀਦਾ, ਫੋਨ ਤੂੰ ਚੱਕਦਾ ਨਹੀਂ, ਅੱਜ ਗਾਣਾ ਲਾ ਰਿਹਾ ਆ, ਸ਼ੇਰ ਤੂੰ ਸੌਰੀ ਕਰੀ ਜਾਂਦਾ, ਦਿਮਾਗ ਤੇਰਾ ਸੰਤੁਲਨ ਵਿਗੜ ਗਿਆ ਮੈਨੂੰ ਲੱਗਦਾ। ਦਵਾਈ ਦਵਾਈ ਲੈ ਲੈਣੀ ਭਾਜੀ, ਲੈਣੀ ਪੈਣੀ, ਤੇਰਾ ਸੰਤੁਲਨ ਵਿਗੜ ਗਿਆ, ਦਿਮਾਗੀ ਸੰਤੁਲਨ ਇੰਨਾ ਇਸ ਕਰਕੇ ਵਿਗੜਿਆ ਵਾ, ਸ਼ੋ ਬਹੁਤ ਹਿੱਟ ਹੋ ਗਿਆ। ਆ ਦੇਖੋ ਅਮਿਤਾਭ ਬੱਚਨ ਸਾਹਿਬ ਦੀਆਂ ਗੱਲ, 42 ਮਿਸ ਕਾਲਾਂ ਆਈਆਂ ਹੋਈਆਂ ਸੀ, ਆ ਜੋਨੀ ਡੈਪ ਦਾ ਫੋਨ ਆ ਰਿਹਾ, 18 ਮਿਸ ਕਾਲਾਂ ਇਹਦੀਆਂ ਪਹਿਲਾਂ ਆਈਆਂ ਸੀ, 19 ਵੀ ਹੁਣ ਕਾਲ ਆ ਰਹੀ ਹੈ ਚੱਕ ਲੈ। ਹੈਲੋ, ਹਾਂਜੀ ਡੈਪ ਸਾਹਿਬ, ਹਾਂਜੀ ਹਾਂਜੀ, ਆ ਜਾਓ ਆ ਜਾਓ ਆ ਜਾਓ। ਓਏ ਹੁਣ ਤਾਂ ਮੇਰੀ ਆ ਭਾਈ, ਅਗਲਾ ਦੂਰੋਂ ਆਇਆ, ਤੁਸੀਂ ਤੇ ਮੋਹਾਲੀ ਆਉਣਾ, ਜਾ ਭਰਾ ਫਿਰ ਉਹਦੀ ਉਹ ਕਰ ਲੈ ਭਾਜੀ ਯਾਰ। ਇੱਕ ਤਾਂ ਤੁਸੀਂ ਭਾਈ ਸੀਰੀਅਸ ਬਹੁਤ ਹੋ ਜਾਂਦੇ ਆ, ਇੱਦਾਂ ਵੀ ਸੀਰੀਅਸ ਹੋ ਜਾਂਦਾ ਹੁੰਦਾ ਤੁਸੀਂ, ਪਿਛਲੇ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਸੀਰੀਅਸ ਹੋ ਗਏ, ਗਾਣੇ ਗੁਣੇ ਚੋਰੀ ਹੁੰਦੇ ਰਹਿੰਦੇ, ਕੋਈ ਗੱਲ ਨਹੀਂ ਚਲੋ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦਿਲ ਦੀ ਗੱਲ ਵਿਦ ਯੰਗਵੀਰ, ਤੇ ਅੱਜ ਫਿਰ ਇੱਕ ਵਾਰ ਸ਼ੁਰੂਆਤ ਤੁਹਾਨੂੰ ਪਤਾ ਸ਼ਾਇਰੀ ਨਾਲ ਹੀ ਹੋਣੀ ਹੈ ਐਪੀਸੋਡ ਦੀ। ਕਹਿੰਦੇ ਪੈਸੇ ਮੁੱਕ ਜਾਣ ਬੰਦੇ ਤੋਂ, ਬੰਦਾ ਗੱਡੀ ਵੇਚ ਕੇ ਲੈ ਲੈਂਦਾ ਸਕੂਟਰ, ਸਾਡੇ ਨਾਲ ਮਨਿੰਦਰ ਬੁੱਟਰ। ਕਾਲੀਆਂ ਐਨਕਾਂ ਪਾ ਕੇ ਲੱਗਦੇ ਨੇ ਗੁਬਾਰੇ ਪਾੜਨ ਵਾਲੇ ਸ਼ੂਟਰ, ਸਾਡੇ ਨਾਲ ਮਨਿੰਦਰ ਬੁੱਟਰ। ਆਏ ਹਾਏ ਹਾਏ ਭਾਈ, ਇੱਕ ਹੋਰ ਇੱਕ ਹੋਰ ਇੱਕ ਹੋਰ। ਸਹੇਲੀ ਨਾਲ ਇੱਕ ਵਾਰੀ ਜੁੜ ਕੇ ਬੈਠੇ ਸੀ, ਡਰ ਗਏ ਸੁਣ ਕੇ ਪੁਲਿਸ ਦਾ ਹੂਟਰ, ਸਾਡੇ ਨਾਲ ਮਨਿੰਦਰ ਬੁੱਟਰ। ਅੱਜ ਕੁੱਟਿਆ ਜਾਣਾ ਕਿਸੇ ਡੈਡੀ ਦਾ ਸਿਆਣਾ ਪੁੱਤਰ, ਤੁਹਾਡੇ ਨਾਲ ਆ ਮਨਿੰਦਰ। ਭਾਈ ਨੂੰ ਲਟਿਆ ਪਿਆ ਸਭ ਕੁਛ, ਇਹਦਾ ਮਤਲਬ ਐਪੀਸੋਡ ਦੇਖਿਆ ਭਾਈ ਨੇ। ਅੱਛਾ ਭਾਜੀ, ਟਰੂ ਫਾਲਸ ਵਿੱਚ ਕੀ ਆ ਵੀ ਤੁਹਾਡੇ ਨਾਲ ਸੰਬੰਧਿਤ ਕੁਝ ਐਜ਼ ਏ ਕੁਐਸਚਨ, ਤੁਸੀਂ ਦੱਸਣਾ ਵੀ ਕਿਹੜੇ ਟਰੂ ਆ ਤੇ ਕਿਹੜੇ ਫਾਲਸ। ਸਿਰਫ ਵਨ ਵਰਡ ਆਨਸਰ ਹਨਾ? ਹਾਂ, ਉਹ ਨਹੀਂ ਵਨ ਵਰਡ ਨਹੀਂ, ਤੁਸੀਂ ਵਰਡ ਵਧਾ ਕੇ ਵੀ ਦੱਸ ਸਕਦੇ ਹੋ। ਪਹਿਲਾ ਐਸਾ ਆ, ਤੁਸੀਂ ਵੇਖਿਓ ਕਿੰਨੇ ਵਰਡ ਵਧਾ ਦੇਣੇ। ਤੁਹਾਡੀ ਲਹਿੰਗੇ ਵਾਲੀ ਦੁਕਾਨ ਖੁੱਲੀ ਰਹਿ ਗਈ ਸੀ ਤਾਂ ਕਰਕੇ ਤੁਹਾਡਾ ਲਹਿੰਗਾ ਚੋਰੀ ਹੋ ਗਿਆ। ਜੀ ਹੂ, ਇਹ ਟਰੂ ਆ, ਇਹ ਤੁਹਾਨੂੰ ਪਤਾ ਨਹੀਂ ਲੱਗਾ ਜਦੋਂ ਲਹਿੰਗੇ ਵਾਲੀ ਦੁਕਾਨ ਖੁੱਲੀ ਰਹਿ ਗਈ ਸੀ? ਨਹੀਂ ਮਤਲਬ ਉਹ ਮੈਂ ਹੀ ਲੰਘਿਆ, ਭੇਜਿਆ ਸੀਗਾ ਚੈੱਕ ਕਰੋ, ਵਧੀਆ ਬਣਿਆ। ਖੰਬੇ ਵਾਲੇ ਨਾਈ ਤੋਂ ਵਾਲ ਕਟਾਏ? ਨਹੀਂ, ਇਹ ਵਾਲ ਇਹ ਮੈਂ ਵੀਡੀਓ ਚ ਆਪ ਕੱਟੇ ਆ, ਉਹ ਵੀਡੀਓ ਹਜੇ ਆਉਣੀ ਆ। ਅੱਛਾ, ਮਤਲਬ ਮੇਰੇ ਵੱਡੇ ਵੱਡੇ ਵਾਲ ਸੀਗੇ, ਗਿਫਟੀ ਭਾਜੀ ਨੇ ਸ਼ੂਟ ਕੀਤਾ ਉਹ ਗਾਣਾ, ਇੱਕ ਤੇਰਾ ਦੇ ਨਾਲ ਹੀ ਸ਼ੂਟ ਹੋਇਆ ਸੀ, ਤੇ ਉਸ ਸੀਨ ਸੀਗਾ ਕਿ ਮੈਂ ਸੈਡ ਗਾਣਾ ਹੋ ਕਿ ਮੈਂ ਆਪਣੇ ਵਾਲ ਆਪ ਕੱਟ ਰਿਹਾ। ਮੈਨੂੰ ਬੜਾ ਚਾਅ ਚੜਿਆ, ਮੈਂ ਕਿਹਾ ਭਾਜੀ ਤਾਂ ਮੈਂ ਇੱਕ ਮਿੰਟ 'ਚ ਕਰ ਦੂੰਗਾ, ਮੈਂ ਵਾਲ ਛੋਟੇ ਵੀ ਕਰਾਉਣਾ ਚਾਹੁੰਦਾ ਸੀਗਾ, ਬੜਾ ਦੁਖੀ ਸੀਗਾ ਮੈਂ ਵੱਡੇ ਵਾਲਾਂ ਤੋਂ, ਉਹ ਪਫ ਜੇ ਬਣਾਉਂਦੇ ਰਹੋ, ਮੈਨੂੰ ਵਾਹੁਣੇ ਨਹੀਂ ਸੀ ਆਉਂਦੇ, ਸੋ ਇਹ ਚੱਕਰ 'ਚ ਮੈਂ ਆਪ ਕੱਟੇ ਉਦੋਂ ਵਾਲ, ਫਿਰ ਇੰਡੀਆ ਆ ਕੇ ਕਟਾਏ ਦੁਬਾਰੇ। ਫਿਰ ਕਿਸੇ ਨੇ ਕਿਹਾ ਨਹੀਂ ਕੀ ਕਰ ਲਿਆ? ਬਹੁਤਾ ਲੋਕਾਂ ਨੇ ਕਿਹਾ ਮੈਨੂੰ ਲੱਗਦਾ, ਪਰ ਠੀਕ ਆ, ਹੁਣ ਆਹ ਲਾਰੇ ਗਾਣੇ 'ਚ ਛੋਟੇ ਵਾਲ ਪਸੰਦ ਕਰ ਲੈਣਗੇ। ਬਹੁਤ ਸੋਹਣੀ ਲੋਕ ਆਈ ਭਾਜੀ, ਥੈਂਕ ਯੂ। ਤੁਸੀਂ ਐਮੀ ਵਿਰਕ ਦੇ ਇੰਨੇ ਕਲੋਜ਼ ਹੋ ਕਿ ਕਈ ਵਾਰੀ ਉਹ ਕਹਿੰਦੇ ਆ ਭਰਾਵਾ ਥੋੜਾ ਪਿੱਛੇ ਹੋ, ਮੈਨੂੰ ਸਾਹ ਆਉਂਦੇ। ਨਹੀਂ, ਸੀਰੀਅਸਲੀ ਐਮੀ ਮੇਰਾ ਸਭ ਤੋਂ ਕਲੋਜ਼ ਫਰੈਂਡ ਆ ਮੈਨੂੰ ਲੱਗਦਾ ਇੰਡਸਟਰੀ 'ਚੋਂ, ਮਤਲਬ ਮੈਂ ਦਿਨ ਰਾਤ ਨਹੀਂ ਦੇਖਦਾ, ਕੋਈ ਟਾਈਮ ਨਹੀਂ ਦੇਖਦਾ, ਮੈਂ ਕਦੋਂ ਵੀਡੀਓ ਕਾਲ ਕਰ ਸਕਦਾ, ਅਤੇ ਉਹਨੂੰ ਚੱਕਣੀ ਪੈਣੀ ਜੀ, ਅਤੇ ਉਹ ਚੱਕਦਾ ਵੀ ਆ। ਮਤਲਬ ਕਦੀ ਕਦੀ ਤਾਂ ਇੱਦਾਂ ਹੁੰਦਾ ਹੋਣਾ ਵੀ ਨਹੀਂ ਚੱਕ, ਕਦੇ ਕਦੇ ਹੁੰਦਾ ਮੈਂ ਸੈੱਟ 'ਤੇ ਹਾਂ, ਮੈਂ ਆਹਦੇ ਸੀਨ ਦੇ ਜਾਂਦਾ, ਇੱਦਾਂ ਇੱਦਾਂ ਵੀ ਹੁੰਦਾ। ਇਹ ਗਾਣਾ ਐਮੀ ਕੋਲ ਸੀਗਾ ਪਹਿਲਾਂ, ਇਹ ਲਾਰੇ ਗਾਣਾ ਐਮੀ ਨੇ ਗਾਉਣਾ ਸੀ, ਸੋ ਉਹਨਾਂ ਨੇ ਲਾਰੇ ਲਾਏ ਸੀ, ਵਾਈਟਲ ਜਾਣਾ ਸੀ, ਅਤੇ ਮੈਂ ਉਹ ਤੋਂ ਬਸ ਉੱਦਾਂ ਹੀ ਮੰਗ ਲਿਆ ਪ੍ਰੇਮ ਨਾਲ ਹੀ, ਮੈਂ ਯਾਰ ਮੈਨੂੰ ਗਾਣਾ ਚਾਹੀਦਾ ਇਹ ਗਾਣਾ ਮੈਂ ਕਰਦਾ। ਕਾਫੀ ਲੋਕਾਂ ਨੂੰ ਸੀਗਾ ਵੀ ਤੁਹਾਡਾ ਸਾਰਿਆਂ ਦਾ ਕੁਝ ਇਕੱਠਾ ਆਵੇ, ਪਰ ਕਾਫੀ ਦੇਰ ਦਾ ਆ ਨਹੀਂ ਸੀ। ਨਹੀਂ, ਹੁਣ ਅਸੀਂ ਪਲਾਨ ਵੀ ਕਰਦੇ ਹਾਂ, ਮੈਂ ਜਾਨੀ ਨੂੰ ਕਿਹਾ ਮੈਂ ਕਿਹਾ ਆਪਣੀ
ਸਾਰਿਆਂ ਦੀ ਕਿੰਨੀ ਆੜੀ ਆ ਨਾ, ਮੇਰੇ ਤੇ ਐਮੀ ਦੀ, ਸਾਰੇ ਕਿੰਨੇ ਆਪਾਂ ਆਰਟਿਸਟ ਮਿੱਤਰ ਆ, ਪਰ ਆਪਾਂ ਗੋਰਿਆਂ ਗਾਣਾ ਵਾਂਗੂ ਫੀਚਰਾਂ ਨੀ ਇੱਕ ਦੂਜੇ ਨਾਲ ਕਰਦੇ, ਆਪਾਂ ਸਿਰਫ ਫੋਟੋ ਫੋਟੋ ਪਾ ਦਿੰਦੇ ਹਾਂ ਜਾਂ ਇੱਕ ਦੂਜੇ ਦੇ ਗਾਣੇ ਸ਼ੇਅਰ ਕਰੀ ਜਾਂਦੇ ਹਾਂ। ਮੈਂ ਕਿਹਾ ਵਿਦਆਊਟ ਆਪਾਂ ਕੁਛ ਵੀ ਫਾਇਦਾ ਸੋਚੇ ਇੱਕ ਦੂਜੇ ਨਾਲ ਗਾਣੇ ਕਰੀਏ, ਹੁਣ ਮੈਂ ਤੇ ਐਮੀ ਪੱਕਾ ਜਲਦੀ ਇਸ ਗਾਣੇ ਦੀ ਤੁਸੀਂ ਪੇਮੈਂਟ ਨਹੀਂ ਦਿੱਤੀ? ਪੇਮੈਂਟ ਮੈਂ ਜਾਨੀ ਨੂੰ ਇੱਕ ਦੋ ਗਾਣੇ ਦੀ ਪਹਿਲਾਂ ਨੀ ਦਿੱਤੀ, ਮੈਂ ਇਕੱਲਾ ਬੰਦਾ ਹੋਊਂ ਜਿਹੜਾ ਉਹਦੀ ਪੇਮੈਂਟ ਮਾਰ ਗਿਆ ਵਾ। ਸੀਰੀਅਸਲੀ ਜਾਨੀ ਨੂੰ ਪਤਾ ਹੁਣ ਜਿੱਦਾਂ ਜਾਨੀ ਕਿਸੇ ਨੂੰ ਨੀ ਛੱਡਦਾ, ਉਹ ਬਾਣੀਆਂ ਆ ਪੱਕਾ ਦਿਲ ਦਾ, ਪਰ ਮੈਂ ਉਹਦੀ ਪੇਮੈਂਟ ਇੱਕ ਦੋ ਗਾਣੇ ਦੀ ਮਾਰੀ ਹੋਈ ਆ। ਕੀ ਬਾਤ ਹੈ, ਤੁਸੀਂ ਇੰਨੇ ਪਲੈਨਡ ਹੋ, ਤੁਸੀਂ ਵਿਆਹ ਨਹੀਂ ਕਰਾਇਆ ਤਾਂ ਵੀ ਤੁਹਾਡੇ ਤਿੰਨ ਨਿਆਣੇ ਆ। ਬਸ ਉਹ ਭਰਾਵਾ, ਇਹੋ ਜਿਹਾ ਕੋਈ ਪਲਾਨ ਨਹੀਂ ਮੇਰਾ, ਨਹੀਂ ਅਨਪਲੈਨਡ ਨਹੀਂ, ਇਹੋ ਜਿਹੇ ਕੋਈ ਪਲਾਨ ਵੀ ਨਹੀਂ ਹੁੰਦੇ ਕਿ ਤਿੰਨ ਜਵਾਕ ਪਹਿਲਾਂ ਹੀ ਹੋ ਜਾਣ, ਐਡਵਾਂਸ ਹੀ ਚੱਲਣ ਦੇ ਐਡਵਾਂਸ, ਇਹੋ ਜਿਹਾ ਕੋਈ ਪਲਾਨ ਜਿੱਦਾਂ ਗਾਣੇ ਐਡਵਾਂਸ ਹੁੰਦੇ ਉਦਾਂ ਨਿਆਣੇ ਵੀ ਐਡਵਾਂਸ, ਡਮੀਆਂ ਬਣਾ ਬਣਾ ਛੱਡੀ ਜਾਂਦੇ ਆ, ਇਦਾਂ ਦਾ ਕੋਈ ਪਲਾਨ ਨਹੀਂ। ਤੁਸੀਂ ਇੰਨੇ ਬਿਜ਼ੀ ਹੋ, ਤੁਹਾਡੇ ਕੋਲ ਨਹਾਉਣ ਦਾ ਵੀ ਟਾਈਮ ਨਹੀਂ ਹੈਗਾ, ਜਦੋਂ ਤੁਸੀਂ ਗੱਡੀ ਧਵਾਉਣ ਜਾਂਦੇ ਹੋ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਮੇਰੇ ਤੇ ਵੀ ਪੈਪ ਮਾਰ ਹੀ ਦਿਓ। ਗੱਡੀ ਧਵਾਉਣ ਜਾਂਦਾ ਹੀ ਨਹੀਂ ਕਦੇ, ਮੈਂ ਬਹੁਤ ਘੱਟ ਗੱਡੀ ਧੋਣਾ, ਮੈਨੂੰ ਗੱਡੀ ਵੀ ਮੇਰੀ ਲਿਬੜੀ ਲਿਬੜੀ ਜੀ ਵਧੀਆ ਲੱਗਦੀ ਹੈ ਮੈਨੂੰ, ਰਫ ਐਂਡ ਟਫ ਜੀ, ਜਿਵੇਂ ਮਿੱਟੀ ਜੀ ਪਈ ਹੁੰਦੀ ਆ, ਤੇ ਮਤਲਬ ਉਦਾਂ ਬਿਜ਼ੀ ਤਾਂ ਹੋਗੇ ਨਾ ਭਾਜੀ, ਮਤਲਬ ਸੱਚੀ ਬਿਜ਼ੀ ਹੋ ਗਏ, ਨਹਾਉਣ ਦਾ ਵੀ ਟਾਈਮ ਨਹੀਂ ਹੁੰਦਾ, ਮੇਰੇ ਸੁਪਨੇ ਕੁਛ ਹੋਰ ਸੀ, ਹਰ ਬੰਦੇ ਦੇ ਸੁਪਨੇ ਅਲੱਗ ਅਲੱਗ ਹੁੰਦੇ ਆ, ਮੈਨੂੰ ਮੇਰੇ ਨਾਲ ਦੇ ਜਿਹੜੇ ਆਰਟਿਸਟ ਜਿਹੜੇ ਵਧੀਆ ਗਰੋ ਕਰ ਰਹੇ ਸੀ ਉਹ ਟਾਈਮ ਚ ਮੈਨੂੰ ਬਹੁਤ ਸਮਝਾਉਂਦੇ ਸੀ ਕਿ ਤੂੰ ਪਾਗਲ ਹੋ ਗਿਆ ਯਾਰ, ਤੂੰ ਕਿਉਂ ਨੀ, ਤੈਨੂੰ ਸਾਰੀਆਂ ਕੰਪਨੀਆਂ ਪੈਸੇ ਦਿੰਦੀਆਂ, ਤੂੰ ਕਿਉਂ ਸਾਲ ਬਾਅਦ ਗਾਣਾ ਕਰਦਾ, ਕਿਉਂ ਇੰਨੀ ਲੇਟ ਹੁੰਦਾ, ਪਰ ਮੇਰੇ ਦਿਲ ਦੀਆਂ ਮੈਂ ਹੀ ਜਾਣਦਾ ਸੀ ਕਿ ਮੈਨੂੰ ਇੱਕ ਗਾਣਾ ਇੱਦਾਂ ਦਾ ਚਾਹੀਦਾ ਸੀ ਜਿਹੜੇ ਇੰਡੀਆ ਲੈਵਲ ਤੇ ਚੱਲ ਜੇ ਤੇ ਫਿਰ ਮੈਂ ਸ਼ੁਰੂ ਹੋਵਾਂ। ਸੋ ਲੱਕੀਲੀ ਉਹ ਸਖੀਆਂ ਮਿਲ ਗਿਆ, ਫਿਰ ਇੰਡੀਆ ਲੈਵਲ ਵਾਲਾ ਮਾਹੌਲ ਬਣਾਉਣ ਨੂੰ ਚਾਹੀਦਾ ਸੀ, ਉਹ ਤੇ ਮੈਨੂੰ ਲੱਗਦਾ ਯੁਗਾਂਡਾ ਤੱਕ ਵੀ ਫੇਮਸ ਹੋ ਗਿਆ, ਉਦੋਂ ਬਾਅਦ ਮੈਂ ਇੰਡੀਆ ਛੱਡੋ, ਉਦੋਂ ਬਾਅਦ ਮੈਂ ਕਰੀ ਗਿਆ ਬੈਕ ਟੂ ਬੈਕ। ਲਾਰੇ ਗਾਣੇ 'ਚ ਤੁਹਾਨੂੰ ਨੱਚ ਕੇ ਮਨਾਇਆ ਗਿਆ, ਤੁਸੀਂ ਹਰ ਵੀਕਐਂਡ ਲੰਮੇ ਪੈ ਕੇ ਮੁਜਰਾ ਦੇਖਣ ਦੇ ਸ਼ੌਕੀਨ ਹੋ। ਯਾਰ ਕਿੱਥੋਂ ਲੱਭਦੇ ਇਹੋ ਜਿਹੇ ਕੁਐਸਚਨ, ਬੰਦਾ ਟਰੂ ਵੀ ਨਹੀਂ ਕਹਿ ਸਕਦਾ, ਫਾਲਸ ਵੀ ਨਹੀਂ ਕਹਿ ਸਕਦਾ, ਹੁਣ ਦੱਸੋ ਕੀ ਹੈ, ਟਰੂ ਆ ਕਿ ਫਾਲਸ ਆ? ਕੁਛ ਵੀ ਨਹੀਂ ਹੈਗਾ, ਮੈਂ ਇੰਨਾ ਟਰੂ ਆ ਨਾ ਫਾਲਸ, ਲਾਰੇ ਗਾਣੇ 'ਚ ਨੱਚ ਕੇ ਜ਼ਰੂਰ ਮਨਾਇਆ ਗਿਆ, ਪਰ ਮੈਂ ਲੰਮੇ ਪੈ ਕੇ ਮੁਜਰਾ ਦੇਖਣ ਦਾ ਸ਼ੌਕੀਨ ਨਹੀਂ ਹੈਗਾ। ਨਹੀਂ ਮਤਲਬ ਤੁਸੀਂ ਕਿਹਾ ਨਾ ਟਰੂ ਆ ਨਾ ਫਾਲਸ ਆ, ਮਤਲਬ ਵਿੱਚ ਵਿਚਾਲੇ ਦੀ ਗੱਲ ਆ, ਕਦੇ ਕਿਸੇ ਕਿਸੇ ਵੀਕਐਂਡ ਦੇਖਣ ਚੱਲ ਜਾਂਦੇ? ਨਾ ਨਾ ਨਾ, ਮੈਂ ਵੀਕਐਂਡ ਤੇ ਵੀ ਇਕੱਲਾ ਹੀ ਹੁੰਦਾ, ਗਾਣੇ ਗੁਣੇ ਬਣਾਉਂਦੇ ਰਹੀਦਾ। ਜਿੰਨੀ ਵਾਰ ਵੀ ਗਿਆ ਮਤਲਬ ਵੀ ਇਹ ਨੀ ਗਿਆ ਕਿ ਅੱਜ ਇੰਜੋਏ ਕਰਕੇ ਆਉਂਦੇ, ਅੱਜ ਪਾਰਟੀਆਂ ਕਰਨੀਆਂ, ਆਪਾਂ ਨਹੀਂ ਜਾਂਦਾ ਮੈਂ ਪਾਰਟੀ ਦੀ ਗੱਲ ਕਰਕੇ, ਮਤਲਬ ਜੇ ਅਸੀਂ ਪਾਰਟੀ ਵੀ ਕਰੇ ਤਾਂ ਅਸੀਂ ਆਹੀ ਚਾਰ ਪੰਜ ਜਾਣੇ ਜਾਨੀ, ਮੈਂ ਖਹਿਰਾ ਜਾਂ ਅਸੀਂ ਪੰਜ ਸੱਤ ਜਾਣੇ ਬੈਠ ਜਾਂਦੇ ਹਾਂ, ਉਹੀ ਪਾਰਟੀ ਹੈ। ਤੁਸੀਂ ਇੰਨੇ ਸੁਸਤ ਹੋ ਕਿ ਤੁਹਾਡੀ ਜ਼ਿੰਦਗੀ ਦੇ ਜੇ ਫਿਲਮ ਬਣੀ ਤੇ ਹੀਰੋ ਇੰਟਰਵਲ ਤੱਕ ਸੁੱਤਾ ਹੀ ਰਹੇਗਾ? ਇਹ ਸੁਸਤ ਸੀਗਾ 17 ਤੱਕ, ਹੁਣ ਤਾਂ ਮੈਂ ਬਹੁਤ ਐਕਟਿਵ ਹਾਂ, ਸਵੇਰੇ ਉੱਠ ਕੇ ਜਿੰਮ ਜਾਈਦਾ, ਆਪਣੀ ਜ਼ਿੰਦਗੀ ਦੇ ਕੰਮ ਕਰੀਦੇ ਆ, ਚੰਗੇ ਚੰਗੇ ਕੰਮ ਕਰੀਦੇ ਆ, ਗਾਣੇ ਬਣਾਈਦੇ ਆ। ਜੇ 2017 ਤੋਂ ਪਹਿਲਾਂ ਬਣਦੀ ਤੇ ਬਹੁਤ ਬਹੁਤ ਜ਼ਿਆਦਾ ਫੇਸ ਉੱਤੇ ਰਹਿਣਾ, ਮਤਲਬ ਇੱਕ ਬੰਦਾ ਇੱਕ ਗਾਣਾ ਕਰਕੇ ਸਾਲ ਕਿੱਦਾਂ ਪਾ ਸਕਦਾ ਯਾਰ, ਮਸਤ ਪਿਆ ਰਹਿੰਦਾ, ਡੇਢ ਡੇਢ ਸਾਲ ਪਿਆ ਰਹਿੰਦਾ, ਹਾਲਾਂਕਿ ਮੈਂ ਆਪ ਹੈਰਾਨ ਹੁੰਦਾ ਕੀ ਦਿਨ ਸੀਗੇ ਯਾਰ, ਪਰ ਉਹ ਦਿਨਾਂ ਵਿਹਲੇ ਹੋ ਕੇ ਕੁਛ ਸਿੱਖੇ ਹੋਵਾਂਗੇ ਜਿਹੜਾ ਅੱਜ ਕੰਮ ਆ ਰਿਹਾ ਮੈਨੂੰ ਲੱਗਦਾ। ਬਿਲਕੁਲ, ਜਿੰਨਾ ਮਿਊਜ਼ਿਕ ਸੁਣਿਆ ਅੱਜ ਕੰਮ ਆ ਰਿਹਾ, ਅੱਜ ਕੰਮ ਆ ਰਿਹਾ। ਅਗਲਾ ਸੈਗਮੈਂਟ ਹੈ ਲਾਸਟ ਟਾਈਮ, ਕਿ ਲਾਸਟ ਟਾਈਮ ਤੁਸੀਂ ਜ਼ਿੰਦਗੀ 'ਚ ਆਹ ਚੀਜ਼ ਕਦੋਂ ਕੀਤੀ ਸੀ? ਲਾਸਟ ਟਾਈਮ ਇਹ ਕਦੋਂ ਹੋਇਆ ਸੀ ਭਾਅ ਜੀ, ਜਦੋਂ ਸਟੇਜ 'ਤੇ ਗਾਉਂਦੇ ਗਾਉਂਦੇ ਕਿਸੇ ਨੇ ਤੁਹਾਡੇ ਕੰਨ 'ਚ ਆ ਕੇ ਕਿਹਾ ਹੋਵੇ ਭਾਅ ਜੀ ਬਸ ਕਰੋ, ਤੁਸੀਂ ਤਾਂ ਜਜ਼ਬਾਤੀ ਹੋ ਗਏ? ਨਹੀਂ ਇਹ ਤਾਂ ਨਹੀਂ ਕਦੇ ਕਿਹਾ, ਪਰ ਇੱਦਾਂ ਕਈ ਵਾਰੀ ਹੁੰਦਾ ਨਾ ਵੀ ਲੋਕਾਂ ਨੂੰ ਲੱਗਦਾ ਸ਼ਾਇਦ ਗਾਣੇ ਪਰ ਮੈਚ ਕਰਨਾ ਹੈ, ਪਰ ਉਹ ਕਹਿੰਦੇ ਟਾਈਮ ਪੂਰਾ ਹੋ ਗਿਆ ਤੁਹਾਡਾ। ਏਦਾਂ ਨੀ ਹੋਇਆ, ਮੇਰੇ ਇੱਕ ਕੋ ਆਰਟਿਸਟ ਨਾਲ ਮਿੱਤਰ ਨਾਲ ਹੋਇਆ ਸੀ, ਮਤਲਬ ਸ਼ੋਅ ਚੱਲ ਰਿਹਾ ਸੀ, ਮੈਂ ਉਹ ਸ਼ੋਅ ਇੰਜੋਏ ਕਰ ਰਿਹਾ ਸੀ ਥੱਲੇ ਖੜਾ, ਸਾਡੀ ਜਿਵੇਂ ਇੰਡਸਟਰੀ 'ਚ ਕਿਸੇ ਦਾ ਵਿਆਹ ਸੀ, ਤੇ ਉਹਨੂੰ ਕੀ ਪਰਚੀ ਫੜਾ ਗਿਆ ਲਿਖ ਕੇ ਵੀ ਉਹ ਗਾਣੇ ਗਾਈ ਜਾਂਦਾ ਬਿੰਦਰਖੀ ਸਾਹਿਬ ਦਾ ਗਾਣਾ ਚੱਲ ਰਿਹਾ ਵੀ ਕੋਈ ਆਪਣਾ ਤਾਂ ਗਾਲਾ, ਉਹਨੇ ਬੰਦਾ ਉਹ ਵੀ ਮਾਈਕ 'ਚ ਪੜਤਾ ਵੀ ਕੋਈ ਆਪਣਾ ਗਾਣਾ ਵੀ ਗਾਲਾ, ਮੈਨੂੰ ਏਦਾਂ ਨੀ ਕਰੇ ਬਹੁਤ, ਏਦਾਂ ਦੀਆਂ ਪਰਚੀਆਂ ਪਹੁੰਚੀਆਂ ਪਹੁੰਚਦੀਆਂ ਪਰਚੀਆਂ। ਏਦਾਂ ਲਾਸਟ ਟਾਈਮ ਕਿਸੇ ਗਰਲਫ੍ਰੈਂਡ ਨੂੰ ਇਹ ਮੈਸੇਜ ਕਦੋਂ ਕੀਤਾ ਸੀ ਤੈਨੂੰ ਦੇਖਣ ਦਾ ਦਿਲ ਕਰ ਰਿਹਾ ਆਪਣੀ ਫੋਟੋ ਭੇਜ? ਆਪਣੀ ਗਰਲਫ੍ਰੈਂਡ ਨੂੰ ਤਾਂ ਬੰਦਾ ਹਮੇਸ਼ਾ ਕਰਦਾ ਰਹਿੰਦਾ ਮੈਸੇਜ, ਲਾਸਟ ਟਾਈਮ ਕਦੋਂ ਕੀਤਾ ਸੀ? ਲਾਸਟ ਟਾਈਮ ਕਿ ਮਹੀਨਾ ਪਹਿਲਾਂ ਹੋਇਆ ਹੋਣਾ, 10 ਦਿਨ ਪਹਿਲਾਂ ਹੋਇਆ ਹੋਣਾ, ਉਹ ਸਾਡਾ ਅੱਜ ਵੀ ਹੋਇਆ ਹੋਵੇ, ਅੱਜ ਨਹੀਂ ਹੋਇਆ ਪਰ ਹੋਇਆ ਹੋਣਾ, ਅੱਜ ਪ੍ਰਮੋਸ਼ਨ 'ਚ ਵੀਜ਼ੀ ਹੈ ਭਾਜੀ। ਲਾਸਟ ਟਾਈਮ ਬੈਨ ਹੋਈਆਂ ਵੈਬਸਾਈਟਸ ਸਰਚ ਕਰਨ ਦੀ ਕਦੋਂ ਕੋਸ਼ਿਸ਼ ਕੀਤੀ? ਮੈਂ ਬਾਲਾ ਮੈਨੂੰ ਵੈਬਸਾਈਟਾਂ ਦਾ ਪਤਾ ਨਹੀਂ ਹੈਗਾ, ਕਿੰਨੇ ਭੋਲੇ ਉਹ ਨਹੀਂ, ਸੀਰੀਅਸਲੀ ਨਹੀਂ ਪਤਾ ਹੈਗਾ, ਜੇ ਤੁਸੀਂ ਮੇਰੇ ਨਾਲ ਦਿਆਂ ਨੂੰ ਪੁੱਛੋਗੇ ਨਾ, ਮੈਂ ਮਤਲਬ ਮੈਂ ਕੰਪਿਊਟਰ ਦੀ ਮੈਨੂੰ ਨਾ ਵਿੰਡੋ ਕਰਨੀ ਆਈ ਹੈ ਕਦੇ, ਅੱਛਾ ਨਾ ਵਿੰਡੋ ਕਰਨ ਨੂੰ ਨਹੀਂ, ਮੈਨੂੰ ਨਾ ਲੈਪਟਾਪ ਚਲਾਉਣਾ ਆਉਂਦਾ ਬਹੁਤਾ, ਮੈਂ
ਕਾਪੀ ਪੇਸਟ ਕਰਨ ਵਾਲਾ ਬੰਦਾ ਮੈਨੂੰ ਨੇ ਨਾਰਮਲ ਜੀ ਚੀਜ਼ ਕਰਨੀ ਆਉਂਦੀ ਹੈ ਮਤਲਬ ਮਨਿੰਦਰ ਬੁੱਟਰ ਨੇ ਅਜੇ ਤੱਕ ਬੈਨ ਹੋਈਆਂ ਜਿਹੜੀਆਂ ਵੈਬਸਾਈਟਸ ਟੈਕਨੋਲੋਜੀ ਨਾਲ ਬਹੁਤ ਘੱਟ ਜੁੜਿਆ ਹੋਇਆ ਮੈਨੂੰ ਟੈਕਨੋਲੋਜੀ ਨਾ ਹੀ ਠੀਕ ਕਰਨੀ ਆਉਂਦੀ ਨਾ ਮੈਨੂੰ ਵੈਬਸਾਈਟਾਂ ਦਾ ਪਤਾ ਹੁੰਦਾ ਕੀ ਹੈ ਇਹ ਨਾ ਮੈਨੂੰ ਮੇਰਾ ਪਾਸਵਰਡ ਵੀ ਨਹੀਂ ਪਤਾ ਹੋਣਾ ਇੰਸਟਾਗ੍ਰਾਮ ਜਿਹੜਾ ਭਰਿਆ ਹੋਇਆ ਚੱਲ ਰਿਹਾ ਬਸ ਮੇਰੀ ਟੀਮ ਨੂੰ ਪਤਾ ਹੋਊਗਾ ਮੇਰੀ ਟੀਮ ਨੂੰ ਪਤਾ ਹੋਊਗਾ ਸਹੇਲੀ ਦੇ ਨਾਮ ਤੇ ਕੁਛ ਨਹੀਂ ਬਣਾਇਆ ਲਾਸਟ ਟਾਈਮ ਕਿਸੇ ਯਾਰ ਦੋਸਤ ਦੀ ਸਹੇਲੀ ਕਦੋਂ ਪਸੰਦ ਆਈ ਸੀ ਯਾਰ ਦੋਸਤ ਦੀ ਸਹੇਲੀ ਕਾਹਤੋਂ ਪਸੰਦ ਆਉਣੀ ਭਾਬੀ ਲੱਗੀ ਜਿਹੜੀ ਨਹੀਂ ਉਹ ਤਾਂ ਮਤਲਬ ਵੈਸੇ ਕਈ ਵਾਰੀ ਬੰਦਾ ਸੋਚਦਾ ਕਾਸ਼ ਇਹ ਮੇਰੀ ਜ਼ਿੰਦਗੀ ਭਾਈ ਇਦਾਂ ਸੋਚ ਸਕਦਾ ਕਿ ਹਾਂ ਰੱਬ ਏਦਾਂ ਦੀ ਘਰ ਵਾਲੀ ਮਿਲਣੀ ਘਰ ਵਾਲੀ ਮਿਲਣੀ ਇਹੀ ਮਿਲ ਜੇ ਇਹ ਨਹੀਂ ਕਿ ਏਦਾਂ ਦੀ ਘਰ ਵਾਲੀ ਹੋਵੇ ਏਦਾਂ ਦਾ ਨੇਚਰ ਹੋਵੇ ਭਾਈ ਤੁਸੀਂ ਬਹੁਤ ਆਮ ਇਨਸਾਨ ਮਤਲਬ ਜਿੱਦਾਂ ਤੁਸੀਂ ਕਿਹਾ ਮਸਤ ਮੋੜ ਇੱਕ ਆਮ ਇਨਸਾਨ ਦੀ ਸਭ ਤੋਂ ਵੱਡੀ ਪ੍ਰੋਬਲਮ ਲਾਸਟ ਟਾਈਮ ਤੁਹਾਡੇ ਪਿੱਤ ਕਦੋਂ ਨਿਕਲੀ ਸੀ ਹੁਣ ਵੀ ਨਿਕਲੀ ਹੋਈ ਹੈ ਮੇਰਾ ਕਿਉਂਕਿ ਗਰਮ ਚੀਜ਼ਾਂ ਖਾਣ ਨਾਲ ਜ਼ਿਆਦਾ ਹੋ ਜਾਂਦੀਆਂ ਫੋਨ ਚੱਕਣ ਤੋਂ ਪਹਿਲਾਂ ਇਹ ਕਦੋਂ ਗਿਆ ਸੀ ਫੇਰ ਆ ਗਿਆ ਦਿਨ ਚ ਪਤਾ ਨੀ ਕਿੰਨੀ ਵਾਰ ਕਰਦੇ ਆਪਾਂ ਦਿਨ ਚ ਬਹੁਤ ਵਾਰੀ ਹੁੰਦਾ ਇਦਾਂ ਦੇ ਤੁਹਾਡੀ ਲਾਈਫ ਚ ਕਿੰਨੇ ਕੁ ਕਰੈਕਟਰ ਆ ਜਿਹੜੇ ਤੁਹਾਡੇ ਬਹੁਤੇ ਖਾਸ ਨੇ ਤੁਸੀਂ ਉਹਨਾਂ ਨੂੰ ਆਪ ਹੀ ਫੋਨ ਕਰ ਲੈਂਦੇ ਹਾਂ ਵੀ ਕਿੱਥੇ ਮਿਲੀਏ ਜਿਹੜੇ ਤੁਹਾਡੇ ਨਹੀਂ ਖਾਸ ਹੁੰਦੇ ਆਪੇ ਸਾਈਡ ਤੇ ਮਨਿੰਦਰ ਬਾਈ ਆਪਣਾ ਲੈ ਤੇਰੀ ਗੱਲ ਕਰਾਉਣਾ ਇਦਾਂ ਦੇ ਵੀ ਤੁਹਾਨੂੰ ਟੱਕਰਦੇ ਆ ਮਤਲਬ ਮੈਂ 3-4 ਮਹੀਨੇ ਬਾਅਦ ਫੋਨ ਨੰਬਰ ਬਦਲ ਲੈਣਾ ਜ਼ਿਆਦਾ ਕੀ ਬਾਤ ਭਾਜੀ ਨੈਕਸਟ ਸੈਗਮੈਂਟ ਆ ਕਮੈਂਟਰੀ ਬਹੁਤ ਸਾਰੇ ਕਮੈਂਟਸ ਆਏ ਤੁਹਾਡੇ ਸੋਸ਼ਲ ਮੀਡੀਆ 'ਤੇ ਅਤੇ ਬਹੁਤ ਵਧੀਆ ਵਧੀਆ ਨਾਮ ਚੁਣ ਕੇ ਆਪਾਂ ਤੁਹਾਡੇ ਵਾਸਤੇ ਪੇਸ਼ ਕਰਨ ਲੱਗੇ ਹਾਂ ਅਤੇ ਤੁਸੀਂ ਇਹਨਾਂ ਦੇ ਲਾਈਵ ਰਿਪਲਾਈ ਕਰਨੇ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਕੁਵਾਰੀ ਕਿੱਟੂ ਕੁਵਾਰੀ ਕਿੱਟੂ ਹਾਂਜੀ ਇਹ ਕਹਿ ਰਹੀ ਆ ਵੀ ਮੇਰਾ ਬੋਏਫ੍ਰੈਂਡ ਹਰ ਵਾਰੀ ਮੈਨੂੰ ਪਿਆਰ ਦੇ ਕੇ ਚਲਾ ਜਾਂਦਾ ਵਿਆਹ ਨਹੀਂ ਕਰਾਉਂਦਾ ਮੈਂ ਕੀ ਕਰਾਂ ਤੁਸੀਂ ਪਹਿਲਾਂ ਤਾਂ ਆਪਣੇ ਬੋਏਫ੍ਰੈਂਡ ਤੋਂ ਉਮਰਾਂ ਦਾ ਵਾਅਦਾ ਮੰਗੋ ਹਾਏ ਓਏ ਕਿਦਾਂ ਇਦਾਂ ਭਾਈ ਦੋਵੇਂ ਹੱਥ ਕਰਕੇ ਤੁਸੀਂ ਆਪਣੇ ਪਹਿਲਾਂ ਬੋਏਫ੍ਰੈਂਡ ਤੋਂ ਉਮਰਾਂ ਦਾ ਵਾਅਦਾ ਮੰਗੋ ਹਾਂ ਫਿਰ ਫਿਰ ਉਹਨਾਂ ਪਿਆਰ ਕਰੋ ਮਤਲਬ ਇਹ ਨਾ ਕਰੋ ਕਿ ਉਹ ਪਿਆਰ ਲੈ ਕੇ ਚਲਾ ਗਿਆ ਇਦਾਂ ਦਾ ਕੁਝ ਨਹੀਂ ਹੋਣਾ ਚਾਹੀਦਾ ਓਕੇ ਐਡਵਾਂਸ ਕੁਝ ਨਹੀਂ ਪਹਿਲਾਂ ਵਾਅਦਾ ਮੰਗੋ ਸ਼ੇਖ ਗੁਲਗੁਲ ਗੁੱਲਾ ਇਹ ਕੀ ਚੀਜ਼ ਹੈ ਤੁਸੀਂ ਬਾਹਰ ਵੀਡੀਓ ਸ਼ੂਟ ਕਰਕੇ ਆਏ ਸੀ ਨਾ ਸ਼ੇਖ ਗੁਲਗੁਲ ਗੁੱਲਾ ਸ਼ੇਖ ਗੁਲਗੁਲ ਗੁੱਲਾ ਇਹ ਕਹਿ ਰਹੇ ਆ ਕਿ ਜਮੀਲਾ ਗਾਣੇ 'ਚ ਉਂਠਣੀ ਮੇਰੀ ਸੀ ਜਦੋਂ ਦੀ ਤੁਸੀਂ ਗਾਣੇ 'ਚ ਲਈ ਆ ਸਟਾਰ ਫੀਲਿੰਗ ਲੈ ਗਈ ਆ ਦੁੱਧ ਨਹੀਂ ਦਿੰਦੀ ਮੈਂ ਕੀ ਕਰਾਂ ਦੁਬਈ ਦੁਬਾਰੇ ਚੱਕਰ ਵੱਜ ਰਿਹਾ ਮੇਰਾ ਸ਼ਾਇਦ ਨਿਊ ਈਅਰ ਤੇ ਹਾਂ ਦੇਣ ਲੱਗ ਜੂਗੀ ਦੁੱਧ ਜਲਦੀ ਇੱਕ ਗੇੜਾ ਹੋਰ ਦਵਾ ਲਿਆਵਾਂਗੇ ਆਪਾਂ ਐਸਾ ਤੁਸੀਂ ਕੀ ਕਰੋਗੇ ਉੱਥੇ ਜਾ ਕੇ ਦੁੱਧ ਇੱਕ ਗੇੜਾ ਹੋਰ ਦਵਾ ਲਿਆਵਾਂਗੇ ਓਕੇ ਗੋਰਖਾ ਗੱਗੂ ਇਹ ਪੁੱਛ ਰਿਹਾ ਵੀ ਜਦੋਂ ਤੁਸੀਂ ਨੇਪਾਲ 'ਚ ਸ਼ੋਅ ਹੋਇਆ ਦੱਸਿਓ ਮੈਨੂੰ ਪਤਾ ਭੀੜ ਬਹੁਤ ਹੋਣੀ ਹੈ ਮੈਂ ਬਾਹਰ ਮੋਮੋਜ਼ ਲਾਉਣੇ ਗੋਰਖਾ ਗੱਗੂ ਭਾਈ ਤੁਸੀਂ ਕਦੀ ਨੇਪਾਲ ਵਗੈਰਾ ਜਾਂ ਭੂਟਾਨ ਵਗੈਰਾ ਜਿਹੜੇ ਆਸ-ਪਾਸ ਦੇ ਪੜੋਸੀ ਦੇਸ਼ ਉੱਥੇ ਸ਼ੋਅ ਕੀਤਾ ਕਦੇ ਨਹੀਂ ਹਜੇ ਨਹੀਂ ਨੇਪਾਲ ਨਹੀਂ ਕੀਤਾ ਹਜੇ ਭੂਟਾਨ ਨਹੀਂ ਕੀਤਾ ਬੰਗਲਾਦੇਸ਼ ਨਹੀਂ ਬਰਮਾ ਨਹੀਂ ਕੀਤਾ ਪਾਕਿਸਤਾਨ ਨਹੀਂ ਕੀਤਾ ਨਹੀਂ ਕੀਤਾ ਮਤਲਬ ਆ ਬਾਕੀ ਸਾਰੇ ਦੇਸ਼ ਘੁੰਮ ਲਏ ਪਰ ਆ ਪੜੋਸੀਆਂ ਪੜੋਸੀ ਰਹਿ ਗਏ ਗੇੜਾ ਗੇੜਾ ਨਹੀਂ ਲੱਗਾ ਹਾਂਜੀ ਸੀ ਪ੍ਰਾਗ ਤੇ ਦਾਨੀ ਕਿਹਦਾ ਨਾਮ ਦੱਸਣ ਦਾਨੀ ਸੱਜਣ ਆ ਗਏ ਕੋਈ ਦਾਨੀ ਮਤਲਬ ਐਂ ਗਾਣਾ ਲੈ ਜਾਓ ਐਂ ਲੈ ਜਾਓ ਜਿੱਦਾਂ ਤੁਸੀਂ ਦੱਸਿਆ ਵੀ ਜਾਨੀ ਭਾਜੀ ਨਹੀਂ ਮੈਂ ਉਹ ਤੋਂ ਪਹਿਲਾਂ ਦੋ ਗਾਣੇ ਲੈ ਗਿਆ ਹੁਣ ਨਹੀਂ ਹਾਂ ਪਰ ਉਹ ਮੈਨੂੰ ਕਹਿੰਦਾ ਵੀ ਤੂੰ ਇਕਲੌਤਾ ਇਨਸਾਨ ਆ ਜਿਹੜਾ ਮੈਨੂੰ ਫ੍ਰੀ ਗਾਣਾ ਲੈ ਗਿਆ ਨਹੀਂ ਤੇ ਮੈਂ ਤਾਂ ਕਿਸੇ ਨੂੰ ਨਹੀਂ ਦਿੰਦਾ ਨਹੀਂ ਨਹੀਂ ਉਹ ਕਿਸੇ ਨੂੰ ਬਖਸ਼ਦਾ ਸੀ ਪ੍ਰਾਗ ਦੇ ਦਾਨੀ ਇਹ ਕਹਿ ਰਿਹਾ ਵੀ ਮਾਰਕੀਟ ਰੇਟ ਤੋਂ ਸਸਤਾ ਤੇ ਟਿਕਾਊ ਮਿਊਜ਼ਿਕ ਹੁਣੇ ਫੋਨ ਕਰੋ ਗਾਣਾ ਲੀਕ ਨਾ ਹੋਣ ਦੀ ਪੂਰੀ ਪੂਰੀ ਗਾਰੰਟੀ ਸੋ ਗਾਣਾ ਲੀਕ ਇਹਨਾਂ ਦੇ ਵੈਸੇ ਹੁੰਦੇ ਵੀ ਨਹੀਂ ਸਹੀ ਗੱਲ ਹੈ ਨਹੀਂ ਇਹਨਾਂ ਦੇ ਨਹੀਂ ਹੁੰਦੇ ਕਦੇ ਪਰ ਇਹ ਉਹਨਾਂ ਦੀ ਫਸਟ ਕਾਪੀ ਆ ਬੀ ਪ੍ਰਾਗ ਤੇ ਜਾਨੀ ਇਹਨਾਂ ਨੂੰ ਕੰਮ ਕਰਾਂਗੇ ਆਪਾਂ ਇਹਨਾਂ ਨੂੰ ਮੈਂ ਰਿਪਲਾਈ ਕਰਦਾ ਕਿ ਸੀ ਪ੍ਰਾਗ ਐਂਡ ਦਾਨੀ ਸੱਜਣਾ ਅਸੀਂ ਤੁਹਾਨੂੰ ਮਿਲਦੇ ਹਾਂ ਜਲਦੀ ਗਾਣਾ ਕਰਾਂਗੇ ਆਪਾਂ ਡਿਟੈਕਟਿਵ ਦਵਿੰਦਰ ਇਹ ਪੁੱਛ ਰਿਹਾ ਵੀ ਜਿਹੜਾ ਤੁਹਾਡਾ ਗਾਣਾ ਚੁੱਕਿਆ ਗਿਆ ਉਹ ਕਿੰਨਾ ਕੁ ਭਾਰਾ ਸੀ ਉਹ ਇਕੱਲਾ ਬੰਦਾ ਚੁੱਕ ਸਕਦਾ ਸੀ ਜਾਂ 5-7 ਬੰਦਿਆਂ ਨੇ ਮਿਲ ਕੇ ਚੁੱਕਿਆ ਟੀਮ ਨੇ ਚੁੱਕਿਆ ਮੈਨੂੰ ਲੱਗਦਾ ਮਿਲ ਕੇ ਪੂਰੀ ਨੇ ਮਤਲਬ 5-7 ਬੰਦਿਆਂ ਨੇ ਮਿਲ ਕੇ ਚੁੱਕਿਆ ਗਾਣਾ ਭਾਰਾ ਸੀ ਬਹੁਤ ਜ਼ਿਆਦਾ 5-7 ਬੰਦਿਆਂ ਨੇ ਮਿਲ ਕੇ ਚੁੱਕਣਾ ਪਿਆ ਭਾਈ ਕੋਈ ਸਪੈਸ਼ਲ ਕੁਐਸਚਨ ਤੁਹਾਡੇ ਵਾਸਤੇ ਕਿਤੇ ਇਕੱਲੀ ਉਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਹੈ ਉਹ ਬੈਠੀ ਹੈ ਹਜੇ ਵੀ ਕਿ ਉੱਠ ਕੇ ਚਲੀ ਗਈ ਹੈ ਉਹ ਉੱਠ ਕੇ ਹੁਣ ਤੁਹਾਡੇ ਪਿੱਛੇ ਪਿੱਛੇ ਤਾਂ ਨਹੀਂ ਆ ਗਈ ਓਏ ਓਏ ਜਿੱਥੇ ਵੀ ਹੋਊਗੀ ਕਿਤੇ ਇਕੱਲੀ ਬਹਿ ਕੇ ਉਹ ਯਾਦ ਤਾਂ ਕਰਦੀ ਹੋਊਗੀ ਜਿਉਂਦੀ ਰਹਿ ਮੁਟਿਆਰੀ ਨਹੀਂ ਰੱਬ ਤੇਰਾ ਭਲਾ ਕਰੇ ਕਿੰਨੀਆਂ ਕੁ ਕੁੜੀਆਂ ਦਾ ਤੁਸੀਂ ਇੱਦਾਂ ਰੱਬ ਕੋਲੋਂ ਭਲਾ ਕਰਵਾ ਚੁੱਕੇ ਹੋ ਦੋ ਤਿੰਨ ਨੂੰ ਮੈਂ ਕਹਿ ਚੁੱਕਿਆ ਹਾਂ ਗੱਲ ਕਿ ਜਾ ਜਿਉਂਦੀ ਰਹਿ ਰੱਬ ਤੇਰਾ ਭਲਾ ਕਰੇ ਰੱਬ ਤੈਨੂੰ ਮੁੰਡਾ ਦੇਵੇ ਹਾਂ ਰੱਬ ਤੈਨੂੰ ਮੁੰਡਾ ਦੇਵੇ ਇਹ ਨਵੀਂ ਗੱਲ ਹੈ ਚਮਕੀਲਾ ਚਮਕੀਲਾ ਸਾਹਿਬ ਦੀ ਨਹੀਂ ਉੱਥੋਂ ਹੀ ਇਹ ਬਣੀ ਵੀ ਲਾਈਨ ਉੱਥੋਂ ਹੀ ਸੀ ਇਹ ਜਿਹਨੂੰ 4-5 ਸਾਲ ਪਹਿਲਾਂ ਸੋਚੀ ਹੋਈ ਲਾਈਨ ਹੈ ਮਤਲਬ ਇਹ ਨਹੀਂ ਕਿ ਹੁਣ ਗਾਣਾ ਸੋਚੀ ਹੋਈ ਨਹੀਂ ਹੰਡਾਈ ਹੋਈ ਲਾਈਨ ਹਾਂ ਮਤਲਬ
2014 ਚ ਅਸੀਂ ਮੈਂ ਤੇ ਬੱਬੂ ਭਾਈ ਗੱਲ ਕਰਦੇ ਹੁੰਦੇ ਸੀ ਕਿ ਆਹ ਲਾਈਨ ਤੇ ਗਾਣਾ ਬਣਾਵਾਂਗੇ ਆਪਾਂ, ਆਹ ਲਾਈਨ ਤੇ ਗਾਣਾ ਕਰਾਂਗੇ, ਜਾਂ ਰੱਬ ਤੇਰਾ ਭੱਲਾ ਕਰੇ, ਮਤਲਬ ਉਦੋਂ ਨਹੀਂ ਬਣਿਆ ਕੁਛ, ਹੁਣ ਬਣ ਗਿਆ ਇੱਕਦਮ ਗਾਣਾ ਕਰਤਾ। ਸਖੀਆਂ ਮਿਹਣੇ ਤਾਂ ਮਾਰਦੀਆਂ ਪਰ ਸਖੀਆਂ ਚੰਡਾਂ ਕਦੋਂ ਮਾਰਦੀਆਂ? ਜੋ ਤੁਸੀਂ ਕਿਸੇ ਹੋਰ ਸਖੀ ਨਾਲ ਘੁੰਮ ਰਹੇ ਹੁੰਦੇ ਹੋ ਉਦੋਂ ਚੰਡਾ ਮਾਰਦੀਆਂ, ਬਾਕੀ ਛੋਟੀ ਮੋਟੀ ਗੱਲ ਤੇ ਨੀ ਚੰਡਾ ਮਾਰਦੀਆਂ। ਉਦਾਂ ਜੇ ਤੁਸੀਂ ਕਿਸੇ ਹੋਰ ਵੱਲ ਜਾਂਦੇ ਫੇਰ ਚੰਡਾ ਪੈਣ ਵਾਲੇ, ਫੇਰ ਚੰਡਾ ਪੈਣ ਵਾਲੇ ਕੰਮ ਤੁਹਾਡੇ ਹੈਗੇ ਹੀ ਹੈਗੇ। ਕਹਿੰਦੇ ਕਲਾਕਾਰ ਬਣਨ ਲਈ ਇਸ਼ਕ ਬਹੁਤ ਜ਼ਰੂਰੀ ਹੈ, ਤੁਹਾਨੂੰ ਕਿੰਨੀ ਉਮਰ 'ਚ ਪਹਿਲਾਂ ਇਸ਼ਕ ਹੋਇਆ ਸੀ? ਮੈਨੂੰ ਜੇ ਸੱਚ ਦੱਸਾਂ ਤਾਂ 8ਵੀਂ 9ਵੀਂ 'ਚ। 8ਵੀਂ 9ਵੀਂ 'ਚ ਕਿੰਨੇ ਸਾਲ ਦੀ ਸੀ ਉਦੋਂ? 14 ਸਾਲ ਦਾ ਹੁੰਦਾ, ਹਾਂ 14-15 ਸਾਲ ਦਾ ਹੁੰਦਾ। ਕੀ ਬਣਿਆ ਉਸ ਇਸ਼ਕ? ਮਤਲਬ ਉਹ ਅਲੱਗ ਤਰ੍ਹਾਂ ਦਾ ਇਸ਼ਕ ਹੁੰਦਾ, ਜਿਵੇਂ ਇੱਕ ਬੈਲ ਮਾਰ ਕੇ ਫੋਨ ਕਰ ਦੇਣਾ ਕਰਦਾ ਹਨਾ, ਪਰ ਉਹਦੇ ਘਰੇ ਆਈ ਡੀ ਲੱਗੀ ਹੁੰਦੀ ਸੀ, ਮੇਰੇ ਘਰੇ ਬੈਕ ਕਾਲ ਆ ਗਿਆ, ਇੱਧਰੋਂ ਮੇਰੀ ਮੰਮੀ ਨੇ ਚੱਕਿਆ, ਇਕੱਠੇ ਬੈਠ ਕੇ ਰੋਟੀ ਖਾਣੀ, ਫਿਰ ਸਾਡੇ ਗਾਲਾਂ ਪਈਆਂ, ਮੈਂ ਬੈਲ ਮਾਰ ਕੇ ਭੱਜਿਆ ਆਇਆ, ਉਹਦੇ ਘਰੇ ਰਿੰਗ ਮਾਰ ਕੇ ਕੱਟ ਕੇ ਆ ਗਿਆ, ਉੱਤੇ ਪਤੰਗ ਚੜਾ ਰਿਹਾ ਉੱਤੇ ਆ ਗਿਆ, ਥੱਲੋਂ ਬੈਕ ਕਾਲ ਆਈ, ਮੰਮੀ ਨੇ ਚੱਕਿਆ, ਫਿਰ ਮੈਂ ਜਾਣਦਾ ਮੇਰੀ ਮਾਤਾ ਜਾਣਦੀ ਮੇਰੇ ਪਈਆਂ ਉਹਨਾਂ, 8ਵੀਂ ਦੀ ਗੱਲ ਆ। ਚੱਲ ਭਾਜੀ, ਜਾਂਦੇ ਜਾਂਦੇ 2-3 ਐਸੇ ਸਵਾਲ ਜਿਹੜੇ ਤੁਹਾਨੂੰ ਅੱਜ ਤੱਕ ਕਿਸੇ ਨੇ ਨਹੀਂ ਪੁੱਛੇ ਹੋਣਗੇ, ਗਰੰਟੀ ਹੈ ਮੇਰੀ, ਪੁੱਛੋ ਫਿਰ ਪੂਰੀ। ਤੁਹਾਡਾ ਜਨਮ ਕਿੱਥੇ ਹੋਇਆ ਸੀ? ਉਹ ਬਸ ਕਰੋ ਭਰਾਵਾ, ਮੇਰਾ ਜਨਮ ਹੋਇਆ ਬੜੇ ਗੁੜੇ, ਮੰਮੀ ਦੀ, ਹਾਂ ਮੰਮੀ ਦੀ ਪੋਸਟਿੰਗ ਸੀ ਉਦੋਂ। ਓਕੇ, ਗਲਤ ਜਵਾਬ ਭਾਜੀ, ਬੈੱਡ ਤੇ ਹੋਇਆ ਸੀ। ਇੱਕ ਹੋਰ ਸਵਾਲ, ਪੰਜਾਬੀ ਮਿਊਜ਼ਿਕ ਇੰਡਸਟਰੀ ਬਾਰੇ ਤੁਹਾਡੇ ਕੀ ਵਿਚਾਰ ਨੇ? ਓ ਯਾਰ, ਉਹ ਭਾਜੀ ਮੇਰੀ ਗੱਲ ਸੁਣੋ, ਇੱਥੇ ਤੁਸੀਂ ਉਹ ਕਹਿ ਦੋ ਨਾ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਮਨਿੰਦਰ ਬੁੱਟਰ ਕਿੰਗ ਆ, ਰਾਜਾ ਆ, ਇਹਦੇ ਬਿਨਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨਹੀਂ ਚੱਲ ਸਕਦੀ, ਇਹ ਗੱਲ ਮੈਂ ਠੋਕ ਕੇ ਕਹਿ ਸਕਦਾ, ਤੁਸੀਂ ਇੰਨੀ ਗੱਲ ਕਹਿਣੀ ਆ, ਆਪਾਂ ਹੈਡਲਾਈਨ ਬਣਾ ਕੇ ਠੋਕ ਦੇਣੀ ਆ, ਯੂਟਿਊਬ ਤੇ ਚੜ੍ਹ ਦੇਣੀ ਆ, ਵੀ ਵੱਧ ਗਈ ਠੰਡ ਤੇ ਆਇਆ ਮਨਿੰਦਰ ਬੁੱਟਰ ਚ ਕਮਾਂਡ। ਨਹੀਂ ਪਰ ਪੰਜਾਬੀ ਮਿਊਜ਼ਿਕ ਇੰਡਸਟਰੀ ਸਾਨੂੰ ਚਲਾ ਰਹੀ ਹੈ, ਜੇ ਅਸੀਂ ਪੰਜਾਬੀ ਗਾ ਰਹੇ ਹਾਂ। ਭਾਜੀ ਗਾਇਆ ਜਿਹੜਾ ਤੁਸੀਂ ਰੀਸੈਂਟਲੀ ਲਾਰੇ, ਬਹੁਤ ਬਹੁਤ ਮੁਬਾਰਕਾਂ ਉਹਦੇ ਵਾਸਤੇ, ਤੇ ਲਾਰੇ ਦੇ ਮਾਮਲੇ 'ਚ ਹੁਣ ਲਾਰੇ ਨੂੰ ਲਾਇਓ, ਸਾਰਿਆਂ ਨੂੰ ਸੁਣਾਓ। ਚਲੋ, ਅੱਖੀਆਂ ਚ ਸੁਰਮਾ ਮੈਂ ਪਾਉਣਾ ਛੱਡਤਾ, ਜੱਗ ਦੇ ਹੀ ਰਹੀਏ ਹੈ ਸੋਹਣਾ ਛੱਡਤਾ, ਅੱਖੀਆਂ ਚ ਸੁਰਮਾ ਮੈਂ ਪਾਉਣਾ ਛੱਡਤਾ, ਜੱਗ ਦੇ ਹੀ ਰਹੀਏ ਹੈ ਸੋਹਣਾ ਛੱਡਤਾ, ਤੇਰੇ ਪਿੱਛੇ ਛੱਡਤੇ ਮੈਂ ਕਰਦੇ ਮੇਰੇ ਹੈ, ਤੇਰੇ ਪਿੱਛੇ ਹੱਸਣਾ ਹੈ ਸੋਹਣਾ ਛੱਡਤਾ। ਥੈਂਕ ਯੂ ਜੀ, ਅੱਗੇ ਕਿਉਂ ਰੌਲੇ ਪਾਉਣਾ ਮੇਰੇ ਨਾਲ, ਪੂਰਾ ਸੁਣਾ, ਮੈਨੂੰ ਪਤਾ ਬਸ ਲਾਰੇ ਆ ਵੇ ਤੂੰ ਵਿਆਹ ਨੀ ਕਰਾਉਣਾ ਮੇਰੇ ਨਾਲ, ਮੈਨੂੰ ਪਤਾ ਬਸ ਲਾਰੇ ਆ ਵੇ ਤੂੰ ਵਿਆਹ ਨੀ ਕਰਾਉਣਾ ਮੇਰੇ ਨਾਲ। 5 ਸਾਲ ਰੁਕਣਾ ਪੈਣਾ। ਸ਼੍ਰੀਲੰਕਾ ਮਿੱਠੂ ਬਸਤੀ ਤੋਂ ਉੱਠ ਕੇ ਆਉਣਾ, ਰਕਸ਼ੇ ਵਾਲਾ ਬੰਦਾ ਹੈਗਾ, ਉਹਨੇ ਚੱਕਣੀ ਆ ਸਵੇਰੇ ਸੈੱਟ ਤੇ ਪਹੁੰਚਾ ਦੇਣੀ। ਅੱਧਾ ਅਲੀ ਖਾਨ ਜਾਣਦੀ ਹੈ? ਨਹੀਂ, ਅੱਧਾ ਅਲੀ ਖਾਨ ਵੀ ਨਹੀਂ ਜਾਣਦੀ, ਰਕਸ਼ੇ ਵਾਲਾ ਜਾਣਦਾ, ਜਿਹਨੇ ਅੱਧਾ ਅਲੀ ਖਾਨ ਦਾ ਵੀ ਰਕਸ਼ੇ ਵਾਲਾ ਜਾਣਦਾ, ਉਹਨੂੰ ਐਡਰੈਸ ਦਾ ਪਤਾ ਨਾ ਘਰੋਂ ਲੈ ਜਾਂਦਾ ਉਹਨੇ। ਕਰ ਗਿਆ ਵਰਿੰਦਰ ਬੁੱਟਰ ਨਾਲ ਗਾਣਾ ਕਰਨਾ ਜਾਣਦਾ? ਵਾਈ ਉਹ ਤਾਂ ਚੰਗੀ ਤਰ੍ਹਾਂ, ਇੱਕ ਵਾਰੀ ਮਤਲਬ ਇੰਟਰਵਿਊ 'ਚ ਆ ਕੇ ਬਹਿ ਗਏ, ਇੰਟਰਵਿਊ ਖਤਮ ਹੀ ਹੋ ਜਾਂਦੀ ਹੈ, ਉੱਠ ਕੇ ਜਾਂਦੇ ਨਾ ਹੀ ਲੈਂਦੇ, ਮਤਲਬ ਪਤਾ ਨਹੀਂ ਉਹਨੂੰ ਸਮਝ ਨਹੀਂ ਆਉਂਦੀ। ਚਾਹ ਵੀ ਹਰ ਵਾਰ ਮੰਗਣੀ, ਚਾਹ ਵੀ ਹਰ ਵਾਰੀ ਚਾਹ ਮੰਗਣੀ ਆ, ਬਿਸਕੁਟ ਮੰਗਣੇ ਆ, ਲੱਗਦਾ ਰਹਿੰਦਾ ਵੀ ਆਊਗੀ, ਐਂਡ ਤੱਕ ਆਊਗੀ ਆਊਗੀ, ਮਤਲਬ ਜਿੰਨੇ ਮਰਜ਼ੀ ਇਸ਼ਾਰੇ ਕਰੀ ਜਾਓ 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 ਜਾਓ, ਨਹੀਂ ਭਰਾਵਾ ਉਹ ਜਾਂਦੇ ਹੀ ਨਹੀਂ, ਮਤਲਬ ਇੰਨਾ ਪਿਆਰ ਹੈ। ਦੇਖੋ 2-4 ਗਾਣੇ ਹੁਣ ਮੇਰੇ ਚੱਲ ਗਿਆ, ਮੈਂ ਸਮਝਦਾਰ ਹੋ ਗਿਆ, ਹੁਣ ਮੈਂ ਚੱਲੇ ਆ ਭਾਈ ਯਾਰ, ਟੈਨਸ਼ਨ ਨਾ ਲਿਆ ਕਰੋ, ਗਾਣੇ ਗੁਣੇ ਚੋਰੀ ਹੁੰਦੇ ਨੇ, ਕੋਈ ਗੱਲ ਨਹੀਂ।